ਵਪਾਰਕ ਸੰਗਠਨਾਂ ਵੱਲੋਂ ਪੰਜਾਬ ਸਰਕਾਰ ਦੇ ਉਦਯੋਗ ਵਿਭਾਗ 'ਚ ਪ੍ਰਿੰਸੀਪਲ ਸੈਕਟਰੀ ਪਦ 'ਤੇ ਤੈਨਾਤ SS ਚੰਨੀ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਲੁਧਿਆਣਾ ਲੋਕ ਸਭਾ ਸੀਟ ਦਾ ਟਿਕਟ ਮੰਗਦਿਆਂ ਉਦਯੋਗਿਕ ਸੰਗਠਨਾਂ ਅਤੇ ਰਾਮਗੜੀਆ ਬ੍ਰਦਰਹੁੱਡ ਐਸੋਸੀਏਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਬੁਲਾਰਿਆਂ ਨੇ ਚੰਨੀ ਨੂੰ ਲੁਧਿਆਣਾ ਲੋਕ ਸਭਾ ਸੀਟ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਚੰਨੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਅਤੇ ਉਹ ਇੱਕ ਇਮਾਨਦਾਰ ਅਫਸਰ ਰਹੇ ਹਨ। SS ਚੰਨੀ ਜਿਨ੍ਹਾਂ ਦਾ ਨਾਮ ਇੱਥੇ ਪ੍ਰਪੋਜ਼ ਕੀਤਾ ਗਿਆ, ਉਹਨਾਂ ਦੇ ਬਾਰੇ ਕਿਹਾ ਗਿਆ ਹੈ ਕਿ ਉਹ ਬਤੌਰ ਡਿਪਟੀ ਕਮਿਸ਼ਨਰ ਲੁਧਿਆਣੇ ਦੇ ਵਿੱਚ 5 ਸਾਲ ਸੇਵਾ ਨਿਭਾ ਚੁੱਕੇ ਨੇ, ਪਰ ਉਸ ਤੋਂ ਬਾਅਦ ਬਤੌਰ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਜਿਸ ਸਦਕਾ ਉਹ ਇੰਡਸਟਰੀ ਦੀ ਪ੍ਰੋਬਲਮ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਸਮਝਦੇ ਹੈ ਔਰ ਉਹਨਾਂ ਬਤੌਰ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਇੰਡਸਟਰੀ ਦੀ ਆਵਾਜ਼ ਨੂੰ ਉਠਾਉਣਗੇ ਤਾਂ ਕਿ ਜੋ ਇੰਡਸਟਰੀ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਵਾਇਆ ਜਾ ਸਕੇ। ਔਰ ਮੈਂ ਇਹ ਸਾਰੇ ਹੀ ਕਮਿਊਨਿਟੀਜ਼ ਜਿਹੜੀਆਂ ਨੇ ਬੈਕਵਰਡ ਕਲਾਸ ਨਾਲ ਰਿਲੇਟਡ ਔਰ ਖਾਸ ਤੌਰ 'ਤੇ ਰਾਮਗੜੀਆ ਬਰਾਦਰੀ ਦੇ ਨਾਲ ਜਿਨ੍ਹਾਂ ਦੇ ਬਹੁਤ ਸਾਰੇ ਨੁਮਾਇੰਦੇ ਇੱਥੇ ਹਾਜ਼ਰ ਨੇ, ਮੈਂ ਉਹਨਾਂ ਵੱਲੋਂ ਇਹ ਵਿਸ਼ਵਾਸ ਵੀ ਦਿਵਾਉਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੂੰ ਕਿ ਪੰਜਾਬ ਵਿੱਚ ਜੋ 13 ਸੀਟਾਂ ਜਿਨ੍ਹਾਂ ਦੀ ਵੰਡ ਆਪਸ 'ਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣੀ ਹੈ, ਉਹ 'ਤੇ ਹਰੇਕ ਸੀਟ 'ਤੇ ਚਾਹੇ ਉਹ BJP ਦਾ ਨੁਮਾਇੰਦਾ ਹੋਵੇ ਚਾਹੇ ਅਕਾਲੀ ਦਲ ਦਾ, ਇੱਕ ਇੱਕ ਵੋਟ ਜੋ ਹੈ ਜੋ ਉਹਨਾਂ ਦੇ ਹੱਕ ਦੇ ਵਿੱਚ ਪਾ ਕੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਤਾਉਣ ਦੇ ਵਿੱਚ ਵਾਰ ਲਾਈ ਜਾਵੇਗੀ। ਸ਼੍ਰੀ SS ਚੰਨੀ ਜੋ ਹੈ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਔਰ ਪ੍ਰਿੰਸੀਪਲ ਸੈਕਟਰੀ ਪੰਜਾਬ ਦੇ ਰਹਿ ਚੁੱਕੇ ਨੇ, ਉਹਨਾਂ ਦੀ ਫੇਵਰ 'ਚ ਕੀਤੀ ਹੈ ਕਿ ਉਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਆਪਣੀਆਂ ਪਾਰਲੀਮੈਂਟ ਦੀਆਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣੇ ਦੀ ਟਿਕਟ ਦਿੱਤੀ ਜਾਵੇ ਤਾਂ ਕਿ ਉਹ, ਕਿਉਂਕਿ ਉਹ ਲੁਧਿਆਣਾ ਦੇ ਨਾਲ ਮੁੱਢ ਤੋਂ ਜੁੜੇ ਹੋਏ ਨੇ। 5 ਸਾਲ ਰਿਕਾਰਡ ਟਾਈਮ ਉਹਨਾਂ ਨੇ ਡਿਪਟੀ ਕਮਿਸ਼ਨਰ ਦਾ ਇੱਥੇ ਅਹੁਦਾ ਸੰਭਾਲਿਆ ਔਰ ਉਹਨਾਂ ਦੀ ਲੋਕਾਂ ਦੀ ਸੇਵਾ ਕੀਤੀ ਔਰ ਉਹਨਾਂ ਨੂੰ ਉਹ ਇੱਥੋਂ ਦੇ ਗਲੀ ਗਲੀ ਨੂੰ ਪਿੰਡ ਪਿੰਡ ਨੂੰ ਕਾਰਖਾਨੇ ਦੇ ਇੱਕ ਇੱਕ ਇੰਡਸਟਰੀਲਿਸਟ ਨੂੰ ਜਾਣਦੇ ਨੇ ਔਰ ਜੇ ਉਹਨਾਂ ਨੂੰ ਅਸੀਂ ਰਿਪ੍ਰੈਜੈਂਟੇਸ਼ਨ ਦਿਆਂਗੇ ਤਾਂ ਸਾਡਾ ਲੁਧਿਆਣਾ ਬਹੁਤ ਜ਼ਿਆਦਾ ਤਰੱਕੀ ਕਰੂਗਾ ਔਰ ਇਹ ਬਹੁਤ ਵੱਡੀ ਉੱਚੀ ਦੁਨੀਆ ਦੀ ਗਲੋਰੀ ਦੇ ਉੱਤੇ ਉਹ ਇਹਨੂੰ ਲੈ ਕੇ ਆ ਸਕਦੇ ਨੇ, ਸਾਡਾ ਇਹ ਵਿਸ਼ਵਾਸ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।